ਜੇ ਤੁਸੀਂ ਵੀ ਘਰ ਦੇ ਵਿੱਚ ਨੌਕਰ ਰੱਖਣਾ ਚਾਹੁੰਦੇ ਹੋ ਜਾਂ ਨੌਕਰ ਰੱਖੇ ਹੋਏ ਨੇ ਤਾਂ ਇਹ ਖਬਰ ਜ਼ਰੂਰ ਵੇਖੋ, ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਅਜਿਹਾ ਹੁਣ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਨੌਕਰਾਣੀ ਨੇ ਘਰ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਘਰ ਦੇ ਮਾਲਕ ਦੇ ਖਾਣੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲਾ ਦਿੱਤੀਆਂ। ਇਹ ਮਾਮਲਾ ਸਾਹਮਣੇ ਪਟਿਆਲਾ ਦੇ SST ਨਗਰ ਤੋਂ, ਜਿੱਥੇ ਇੱਕ ਕਾਰੋਬਾਰੀ ਅਤੇ ਉਸਦੇ ਬੇਟੇ ਨੂੰ ਬੇਹੋਸ਼ ਕਰਕੇ ਇਹ ਨੌਕਰਾਣੀ ਘਰ ਨੂੰ ਲੁੱਟਣਾ ਚਾਹੁੰਦੀ ਸੀ, ਪਰ ਉਸਦਾ ਪਲਾਨ ਫੇਲ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ SST ਨਗਰ ਦੇ ਵਿੱਚ ਇੱਕ ਉਦਯੋਗਪਤੀ ਨੇ ਆਪਣੇ ਘਰ ਦੇ ਵਿੱਚ ਕੰਮਕਾਰ ਅਤੇ ਖਾਣਾ ਬਣਾਉਣ ਲਈ ਇੱਕ ਨੇਪਾਲ ਦੀ ਲੜਕੀ ਅਰਪਿਤਾ ਨੂੰ ਰੱਖਿਆ ਹੋਇਆ ਸੀ। ਉਸਨੂੰ ਅਜੇ ਰੱਖਿਆ 6 ਦਿਨ ਹੀ ਹੋਏ ਸੀ ਕਿ ਨੌਕਰਾਣੀ ਨੇ ਆਪਣੀ ਅਸਲੀਅਤ ਹੀ ਦਿਖਾ ਦਿੱਤੀ। ਉਸਨੇ ਘਰ ਦੇ ਵਿੱਚ ਖਾਣਾ ਬਣਾਉਣ ਸਮੇਂ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਭਾਰੀ ਮਾਤਰਾ ਦੇ ਵਿੱਚ ਰਲਾ ਦਿੱਤੀਆਂ। ਜਿਵੇਂ ਹੀ ਘਰ ਦਾ ਮਾਲਕ ਅਤੇ ਉਸਦਾ ਬੇਟਾ ਰੋਣੀ ਖਾਣਾ ਖਾਣ ਲੱਗੇ ਤਾਂ ਨਸ਼ੇ ਦੀਆਂ ਗੋਲੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਬੇਹੋਸ਼ ਹੁੰਦਿਆਂ ਦੇਖ ਘਰ ਦੇ ਮਾਲਕ ਨੇ ਫੌਰਨ ਸਮਝਦਾਰੀ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਸਦੀ ਤਬੀਅਤ ਵਿਗੜ ਰਹੀ ਹੈ, ਤੁਸੀਂ ਜਲਦੀ ਆ ਜਾਓ। ਇਸ ਤੇ ਉਹਨਾਂ ਦੇ ਰਿਸ਼ਤੇਦਾਰ ਫੌਰਨ ਉੱਥੇ ਪਹੁੰਚ ਗਏ ਤੇ ਫੋਨ ਤੇ ਜਦੋਂ ਕਾਰੋਬਾਰੀ ਆਪਣੇ ਰਿਸ਼ਤੇਦਾਰਾਂ ਨਾਲ ਇਹ ਗੱਲ ਕਰ ਰਿਹਾ ਸੀ ਤਾਂ ਨੌਕਰਾਣੀ ਨੇ ਇਹ ਸਾਰੀ ਗੱਲ ਸੁਣ ਲਈ ਤੇ ਸੁਣਦੇ ਸਾਰ ਹੀ ਉੱਥੋਂ ਆਪਣਾ ਬੈਗ ਚੱਕਿਆ ਤੇ ਬਾਹਰ ਉਡੀਕ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਮੌਕੇ ਤੋਂ ਫਰਾਰ ਹੋ ਗਏ। DSP ਸਿਟੀ ਪਟਿਆਲਾ ਮਨਦੀਪ ਕੌਰ ਨੇ ਦੱਸਿਆ ਕਿ ਉਦਯੋਗਪਤੀ ਭੁਪਿੰਦਰ ਸਿੰਘ ਨੂੰ ਜਿਵੇਂ ਹੀ ਹੋਸ਼ ਆਈ ਤਾਂ ਉਸਨੇ ਆਪਣੇ ਬੇਟੇ ਦੇ ਰਾਹੀਂ ਆਪਣੀ ਸਟੇਟਮੈਂਟ ਦਰਜ ਕਰਵਾਈ ਅਤੇ ਅਰਪਿਤਾ ਜੋ ਨੇਪਾਲ ਦੀ ਰਹਿਣ ਵਾਲੀ ਸੀ ਤੇ ਉਸਦੇ ਇੱਕ ਅਣਜਾਣ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਲੋਕੇਸ਼ਨ ਉਹਨਾਂ ਨੂੰ ਦਿੱਲੀ ਦੇ ਨੇੜੇ ਤੇੜੇ ਮਿਲੀ ਹੈ। ਪਰ ਇਸ ਘਟਨਾ ਤੋਂ ਬਾਅਦ ਸਾਨੂੰ ਇਹ ਸਬਕ ਜ਼ਰੂਰ ਮਿਲਦਾ ਹੈ ਕਿ ਅਸੀਂ ਆਪਣੇ ਨੌਕਰਾਂ ਦੀ ਪੂਰੀ ਜਾਂਚ ਪੜਤਾਲ ਕਰਕੇ ਹੀ ਉਹਨਾਂ ਨੂੰ ਕੰਮ ਤੇ ਰੱਖਿਆ, ਕਿਉਂਕਿ ਉਕਤ ਨੌਕਰਾਣੀ ਦੇ ਆਧਾਰ ਕਾਰਡ ਤੋਂ ਬਾਅਦ ਹੀ ਪੁਲਿਸ ਨੇ ਉਸਨੂੰ ਟਰੈਕ ਕੀਤਾ ਅਤੇ ਜਲਦੀ ਹੀ ਕਾਬੂ ਕਰਨ ਦੀ ਗੱਲ ਆਖੀ ਹੈ। ਫਿਲਹਾਲ ਇਸ ਨੌਕਰਾਣੀ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਘਰ ਦੇ ਵਿੱਚ ਰਸੋਈ ਦੇ ਵਿੱਚ ਆਪਣਾ ਕੰਮ ਕਰ ਰਹੀ ਹੁੰਦੀ ਹੈ ਅਤੇ ਆਲੇ ਦੁਆਲੇ ਦੇਖ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੀ ਹੈ ਅਤੇ ਖਾਣਾ ਲਿਜਾ ਕੇ ਆਪਣੇ ਮਕਾਨ ਮਾਲਕ ਨੂੰ ਦੇ ਦਿੰਦੀ ਹੈ, ਜਿਸ ਕਾਰਨ ਮਕਾਨ ਮਾਲਕ ਬੇਹੋਸ਼ ਹੋ ਜਾਂਦਾ ਹੈ। ਹਾਂਜੀ, ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ SST ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਣੀ ਰੱਖੀ ਸੀ। ਉਹਨੂੰ ਰੱਖੀ ਨੂੰ ਅਜੇ ਸਿਰਫ 6 ਦਿਨ ਹੋਇਆ ਸੀ, 1 ਹਫ਼ਤਾ ਹੀ ਹੋਇਆ ਸੀ, ਅਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਓ ਪੋਤੇ ਸੀ, ਵਾਈਫ ਕਿਤੇ ਬਾਹਰ ਗਈ ਹੋਈ ਸੀ, ਅਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ, ਅਤੇ ਜਦੋਂ ਆਦਮੀ ਨੇ ਥੋੜ੍ਹਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ, ਅਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਵੀ ਘਰ ਜਲਦੀ ਆ ਜਾਓ। ਜਦੋਂ ਘਰ ਉਹ 5 ਮਿੰਟ ਤੋਂ ਬਾਅਦ ਹੀ ਸ਼ਾਇਦ ਉਹ ਘਰ ਆਇਆ ਤਾਂ ਉਹਨੇ ਚਿਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ, ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ। ਬਾਕੀ ਸਾਡੀ ਤਫਤੀਸ਼ ਜਿਹੜੀ ਜਾ ਰਹੀ ਆ, CDR ਵਗੈਰਾ ਅਸੀਂ ਪਵਾਈ ਹੋਈ ਆ, ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਰਹੀ। ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਵੀ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਹਾਂ ਤਾਂ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।